ਬਹੁਤ ਵਧੀਆ ਲੱਗਿਆ ਜੀ। ਕਿਵੇਂ ਦਾ ਸਫ਼ਰ ਰਿਹਾ ਤੁਹਾਡਾ? ਹਾਂਜੀ ਐਂ ਬਹੁਤ ਵਧੀਆ ਰਿਹਾ ਜੀ, ਬਹੁਤ ਹੀ ਪਿਆਰ ਮਿਲ ਰਿਹਾ। ਜੀ ਕਰਦਾ ਵੀ ਇੱਥੇ ਰਹੀਏ, ਜਾਣ ਨੂੰ ਜੀ ਨਹੀਂ ਕਰ ਰਿਹਾ ਵੀ। ਬਹੁਤ ਅੱਛਾ ਲੱਗ ਰਿਹਾ, ਭਾਈਚਾਰਕ ਸਾਂਝ ਆ ਜਿਹੜੀ ਬਣੀ ਰਹੇ ਬਹੁਤ ਵਧੀਆ ਗੱਲ ਹੈ। ਤੇ ਪੈਗਾਮ ਦੇਣਾ ਚਾਹੁੰਦੇ ਆ ਜੀ ਵੀ ਜੋ ਆਪਸ ਦੇ ਵਿੱਚ ਮਿਲਾਪ ਹੈ, ਆਪਸ ਵਿੱਚ ਬਣਿਆ ਰਹੇ ਤਾਂ ਹੋਰ ਵੀ ਪਿਆਰ ਆ ਜਿਹੜਾ ਅੱਗੇ ਤੋਂ ਵਧਦਾ ਰਹੇ ਜੀ। ਜੀ ਆਇਆਂ ਨੂੰ ਉਹਨਾਂ ਦੇ ਖੌਫ ਹੈਗਾ ਜੀ, ਉਹਨਾਂ ਬਾਰੇ ਐਂ ਕਹਿਣਾ ਚਾਹੁੰਦੇ ਆ ਜੀ, ਉਹ ਕਹਿੰਦੇ ਜੋ ਸਟੈਂਪ ਹੈ ਜੋ ਪਾਕਿਸਤਾਨ ਦੀ ਸਟੈਂਪ ਲੱਗ ਜਾਂਦੀ ਉਹਨਾਂ ਨੂੰ ਹੋਰ ਵੀਜ਼ਾ ਨਹੀਂ ਮਿਲਦਾ। ਐਸੀ ਕੋਈ ਗੱਲ ਨਹੀਂ, ਵੀਜ਼ਾ ਜਿੱਥੇ ਵੀ ਜਾਣਾ ਜਾਓ, ਸਟੈਂਪ ਦਾ ਕੋਈ ਚੱਕਰ ਨਹੀਂ। ਦੇਖੋ ਸਟੈਂਪ ਦਾ ਅਗਰ ਮਸਲਾ, ਪਾਕਿਸਤਾਨੀ ਜਿਹੜੇ ਕਿੰਨੇ ਨੇ ਕੈਨੇਡਾ, ਪਾਕਿਸਤਾਨ ਆਓ, ਇੱਥੋਂ ਦੀ ਬਹੁਤ ਵਧੀਆ ਇੱਕ ਸਿਕਿਉਰਿਟੀ ਮਿਲਦੀ ਆਪਾਂ ਨੂੰ, ਕੋਈ ਐਸਾ ਡਰ ਵਾਲੀ ਗੱਲ ਨਹੀਂ, ਬਹੁਤ ਪਿਆਰ ਕਰਦੇ ਆ ਲੋਕ, ਐਸੀ ਕੋਈ ਗੱਲ ਨਹੀਂ। ਜਨਮ ਸਥਾਨ ਹੈ ਗੁਰੂਆਂ ਦਾ, ਤੋ ਆਉਣਾ ਚਾਹੀਦਾ ਸਾਰੇ ਸਿੱਖਾਂ ਨੂੰ, ਸਾਰੇ ਇੰਡੀਆ ਨੂੰ ਆਉਣਾ ਚਾਹੀਦਾ ਜੀ। ਤਰੱਕੀਆਂ ਫਾਦਰ ਮੇਰਾ ਕਲਾਸਮੇਟ ਸੀਗਾ ਬਲਕੌਰ ਸਿੰਘ, ਮੇਰੇ ਮੂਸੇ ਨਾਨਕੇ ਹੈ ਮੇਰਾ ਪਿੰਡ ਨਾਮ। ਹਾਂਜੀ ਹਾਂ ਬਿਲਕੁਲ ਬਿਲਕੁਲ, ਤੇ ਦੁਬਾਰੇ ਬੇਟਾ ਹੈਗਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਤੇ ਮੇਰਾ ਪਿੰਡ ਨੰਦਗੜ੍ਹ ਮੂਸੇ ਨਾਨਕੇ ਹੈ, ਮੇਰੇ ਪਿੰਡ ਤੋਂ ਮੂਸਾ 20 ਕਿਲੋਮੀਟਰ ਹੈਗਾ, ਜ਼ਿਲ੍ਹਾ ਮਾਨਸਾ ਸਾਡਾ। ਆਪਣੇ ਵੱਡੇ ਇੱਧਰੋਂ ਗਏ ਕਿ ਉੱਧਰ ਤੁਸੀਂ? ਨਹੀਂ ਸਾਡੇ ਪਰਿਵਾਰ ਚੋਂ ਨਹੀਂ, ਵੈਸੇ ਸਾਡੇ ਚੋਂ ਮਾਈਗ੍ਰੇਟ ਉੱਥੋਂ ਹੋਏ ਨੇਗੇ ਸਾਡੇ ਪਿੰਡਾਂ ਦੇ ਵਿੱਚੋਂ। ਹਾਂਜੀ ਹਾਂ ਭਾਈ ਭਾਈ ਹਾਂਜੀ ਹਾਂ, ਬੜਾ ਦੁੱਖ ਦੀ ਗੱਲ ਹੈ, 47 ਸਾਡੇ ਵੰਡ ਗਈ, ਜਿਹੜਾ ਬਹੁਤ ਦੁੱਖ ਦੀ ਗੱਲ ਹੈ। ਮੈਂ ਪਿੱਛੇ ਭਾਵਕ ਹੋ ਗਿਆ, ਮੈਂ ਜੱਫੀ ਪਾ ਕੇ ਮਿਲ ਗਿਆ ਵੀਰੇ ਨੂੰ, ਬੜਾ ਆਪਦੇ ਮਨ ਨੂੰ ਵੀਰੇ ਸਾਡੇ ਮਤਲਬ ਵੰਡ ਕਿਹੜੀ ਕਰਾਂਗੇ, ਸਾਡੇ ਭਾਈ ਮਾਰੂ ਜੰਗ ਚੱਲੀ ਜਿਹੜੀ ਸਾਡਾ ਬਹੁਤ ਨੁਕਸਾਨ ਹੋਇਆ, ਸਾਨੂੰ ਮਤਲਬ ਵੱਖਰੇ ਵੱਖਰੇ ਕਰਤਾ, ਬਹੁਤ ਮਤਲਬ ਦੁਖਦਾਈ ਘਟਨਾ ਸੀ ਉਹ, ਤੇ ਅਜੇ ਤੱਕ ਵੀ ਉਹ ਜ਼ਖਮ ਵਾਲੇ ਨੇ। ਚਲੋ ਕੋਈ ਦਿਲ ਦੇ ਜੁੜੇ ਨੇ, ਬੜੀ ਮਿਹਰਬਾਨੀ ਜੀ। ਕਿੰਨੇ ਘਰ ਦੇ ਪਰਿਵਾਰ ਆਏ, ਫੈਮਿਲੀ ਸਮੇਤ ਜਾਂ ਕੱਲੇ ਕੱਲੇ? ਕੱਲੇ ਕੱਲੇ ਆਏ 10 ਜਣੇ। ਪਹਿਲੀ ਦਫਾ ਆਏ ਕਿ ਅੱਗੇ ਵੀ ਆਏ? ਨਹੀਂ ਪਹਿਲਾਂ ਆਏ। ਕਿਵੇਂ ਦਾ ਮਹਿਸੂਸ ਹੋ ਰਿਹਾ ਜੀ? ਬਹੁਤ ਵਧੀਆ ਜੀ, ਵਧੀਆ ਲੱਗਦਾ। ਇਹ ਕੀ ਕਮਜ਼ੋਰੀ ਹੋਏ? ਚਲੋ ਜੀ, ਅੱਲਾ ਪਾਕ ਤੁਹਾਨੂੰ ਸ਼ਫਾ ਦੇ ਜੀ। ਹੋਰ ਜੀ ਬੋਲ ਬਜ਼ੁਰਗ, ਸ਼ਾਹ ਵਿਸ਼ਾਜ ਨੇ ਚਿਹਰੇ ਆ, ਬਾਬੇ ਗੁਰੂ ਨਾਨਕ ਦੇ ਘਰ ਤੇ ਆਏ ਤਾਂ ਖੁਸ਼ ਹੋਣੇ ਆ। ਜੁਰਗੋ ਤੁਸੀਂ ਮਾਨਸਾ ਤੋਂ? ਹਾਂਜੀ ਮਾਨਸਾ ਕਿੱਥੇ ਆ? ਆਪਣਾ ਸਵਾਲ ਰੱਖਣ ਤੋਂ ਬਾਅਦ ਮੇਨ ਗੇਟ ਤੇ ਆ ਜਾ, ਅਫੀਸਰ ਕਲੱਬ ਦੇ ਵਿੱਚ ਤਮਾਮ ਮਹਿਮਾਨਾਂ ਵਾਸਤੇ ਸੁਬੇ ਨਾਈਟ ਨਾਈਟ ਪ੍ਰੋਗਰਾਮ ਕੀਤਾ ਗਿਆ ਹੈ। ਅਸੀਂ ਬੇਨਤੀ ਕਰਾਂਗੇ ਕਿ ਤੁਸੀਂ
ਉਹ ਵੀ ਜੁਬੀ ਨਾਈਟ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ। ਨਨਕਾਣਾ ਅਮਤ ਦੇ ਤਮਾਮ ਮਹਿਮਾਨਾਂ ਨੂੰ ਨਨਕਾਣਾ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਪੂਰੀ ਬਣਾ ਲੈਣੀ ਹੈਗੀ ਹੈ। ਹਾਂਜੀ ਹਾਂਜੀ।